ਪਰ ਐਸ ਜੀ ਪੀ ਸੀ ਦੇ ਅਸੀਂ ਬਣਾ ਕੇ ਪੰਜਾਬ ਦੇ ਲਈ ਇੱਕ ਸਪੈਸ਼ਲ ਰਿਸਪੋਂਸ ਟੀਮ ਸੈਟਅਪ ਕੀਤੀ ਜਾ। ਅਸੀਂ 1.5 ਲੱਖ ਪੌਂਡ ਜਾਂ 1.5 ਕਰੋੜ ਰੁਪਈਆ ਘੱਟ ਤੋਂ ਘੱਟ ਕੁਛ ਇੰਨਾ ਵੱਡਾ ਰਕਮ ਨਹੀਂ ਇਹ, ਪਰ ਅਸੀਂ ਕਹਿਤਾ ਇੱਕ ਸਾਇਕ ਅਸੀਂ ਕਰ ਦਿੱਤਾ। ਇਸ ਵੇਲੇ ਪਹਿਲਾਂ ਤਾਂ ਅਸੀਂ ਆਪਣੇ ਜਿਹੜੇ ਸੇਵਾਦਾਰ ਆ ਪੰਜਾਬ ਦੇ ਵਿੱਚ, ਨੌਜਵਾਨ ਕੁੜੀਆਂ ਮੁੰਡੇ ਜਿਹੜੇ ਪਏ ਡੱਟ ਕੇ ਮੋਹਰੇ ਲੱਗੇ ਹੋਏ, ਇਸ ਵੇਲੇ ਇਕੱਲੇ ਖਾਲਸਾ ਏਡ ਵੀ ਨਹੀਂ, ਹੋਰ ਵੀ ਨਿੱਕੇ ਨਿੱਕੇ ਗਰੁੱਪ ਜਿਹੜੇ ਆ ਕਰ ਰਹੇ ਮੋਹਰੇ ਹੋ ਕੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਵਿੱਚੋਂ ਪੰਜਾਬ 'ਚ ਮਦਦ ਕਰ ਰਹੇ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਅੱਜ ਦੁਨੀਆ ਦਿਖਾ ਦਿੱਤਾ ਭਾਈ ਪੰਜਾਬ ਦੀ ਨੌਜਵਾਨ ਦੀ ਜਿਹੜੀ ਪੀੜ੍ਹੀ ਆ, ਨੌਜਵਾਨ ਜਿਹੜੇ ਆ ਚੜ੍ਹਦੀ ਕਲਾ ਆ, ਅਤੇ ਕੋਈ ਸਾਡੀ ਜ਼ਮੀਰ ਨਹੀਂ ਮਰੀ ਅਤੇ ਸਾਡੀ ਇਨਸਾਨੀਅਤ ਵੀ ਚੜ੍ਹਦੀ ਕਲਾ ਆ। ਅਤੇ ਤੁਹਾਨੂੰ ਅਸੀਂ ਜੋ ਗੱਲ ਕਹਿੰਦੇ ਹਾਂ ਸਿੱਧੀ ਗੱਲ ਕਹਿੰਦੇ ਹਾਂ, ਅਤੇ ਇਹਦੇ ਵਿੱਚ ਅਸੀਂ ਨਾ ਕੋਈ ਲਕੋਵਾ ਆ। ਇਹ ਜਦੋਂ ਤੁਸੀਂ ਸਾਨੂੰ ਕਹਿੰਦੇ ਭਾਈ ਖਾਲਸਾ ਏਡ ਕਿਉਂ ਖਾਲਸਾ ਏਡ ਨੂੰ ਡੋਨੇਟ ਕਰੀਏ, ਕਿਉਂਕਿ ਖਾਲਸਾ ਏਡ ਦਾ ਹੁਣ 20 ਸਾਲ ਦਾ ਮੋਹਰੇ ਹੋ ਕੇ ਤਜਰਬਾ, ਪਹਿਲੀ ਦੁਨੀਆ ਦੀ ਸੰਸਥਾ ਜਿੱਥੇ ਅਸੀਂ ਧੱਕੇ ਖਾ ਕੇ 20 ਸਾਲ ਤਜਰਬਾ ਦੁਨੀਆ ਦੇ ਵਿੱਚ, ਕਿੰਨੇ ਵੱਡੇ ਵੱਡੇ ਓਪਰੇਸ਼ਨ, ਡਿਜ਼ਾਸਟਰ ਰਿਲੀਫ, ਜਿੱਥੇ ਵੀ ਡਿਜ਼ਾਸਟਰ ਆ ਸਿੱਖਿਆ, ਉਹ ਜੋ ਸਿੱਖਿਆ ਹੁਣ ਪੰਜਾਬ ਨੂੰ ਫਾਇਦਾ ਹੋ ਰਿਹਾ। ਸੋ ਤੁਹਾਡੇ ਕਰਕੇ, ਤੁਹਾਡੀ ਸਪੋਰਟ ਕਰਦੇ, ਤੁਹਾਡੇ ਪਿਆਰ ਕਰਕੇ ਖਾਲਸਾ ਏਡ ਇੱਕ ਇੱਦਾਂ ਦੀ ਸੰਸਥਾ ਬਣ ਗਈ ਆ ਜਿਹੜੀ ਭਾਈ ਸਾਰੇ ਤੋਂ ਭਲੀ ਜ਼ਿਆਦਾ ਐਕਸਪੀਰੀਅੰਸ ਇਸ ਵੇਲੇ ਆ, ਅਤੇ ਸਾਡੇ ਸੇਵਾਦਾਰ ਸਾਡੀ ਇੰਡੀਆ ਦੀ ਟੀਮ ਨੇ ਵੀ ਮੇਰੇ ਖਿਆਲ 50-60 ਓਪਰੇਸ਼ਨ ਕੀਤੇ ਆ 2014 ਤੋਂ ਲੱਗ ਕੇ, 13 ਤੋਂ ਲੱਗ ਕੇ। ਸੋ ਜਦੋਂ ਤੁਸੀਂ ਸਾਨੂੰ ਡੋਨੇਸ਼ਨ ਕਰਦੇ ਹਾਂ, ਸਾਡੇ ਐਕਸਪੀਰੀਅੰਸ ਤਾਂ ਤੁਸੀਂ ਦੇਖਦੇ ਨਹੀਂ ਭਾਈ ਬੰਦੇ ਚੰਗੀ ਗੱਲ ਕਰਦੇ ਜਾਂ ਫੋਟੋ ਚੰਗੀ ਖਿੱਚਦੇ ਆ। ਅਤੇ ਇਹਦੇ ਵਿੱਚ ਫੰਡਸ ਦੀ ਗੱਲ ਕਰੀਏ ਇੱਕ ਮਿੰਟ, ਅਸੀਂ ਕਹਿਤਾ ਸੀਗਾ ਜਦੋਂ ਵੀ ਹੜ੍ਹ ਆ ਗਏ, ਅਸੀਂ ਇਹ ਨਹੀਂ ਕਿਹਾ ਭਾਈ ਅਸੀਂ ਕੁਛ ਕਰਨ ਲੱਗੇ ਸਾਨੂੰ ਪੈਸੇ ਦੇਵੋ, ਕਿਉਂਕਿ ਸੰਸਥਾ ਪਹਿਲਾਂ ਅਪੀਲ ਕਰਨ ਲੱਗ ਪੈਂਦੀਆਂ ਸਾਨੂੰ ਪੈਸੇ ਦੇਵੋ ਅਸੀਂ ਕਰਨਾ ਚਾਹੁੰਦੇ। ਅਸੀਂ ਪਹਿਲਾਂ ਕਹਿ ਦਿੱਤਾ ਭਈ ਅਸੀਂ 1.5 ਲੱਖ ਪੌਂਡ ਜਾਂ 1.5 ਕਰੋੜ ਰੁਪਈਆ ਘੱਟ ਤੋਂ ਘੱਟ ਕੁਛ, ਇੰਨਾ ਵੱਡਾ ਰਕਮ ਨਹੀਂ ਇਹ, ਪਰ ਅਸੀਂ ਕਹਿ ਦਿੱਤਾ ਇੱਕ ਸਾਇਕ ਦੇ ਅਸੀਂ ਕਰ ਦਿੱਤਾ ਭਈ ਜਿਹੜੀ ਸਾਡੀ ਟੀਮ ਪੰਜਾਬ ਦੇ ਵਿੱਚ ਆ ਡੱਟ ਕੇ ਮੋਹਰੇ ਹੋਰ ਸੇਵਾ ਕਰੇ, ਜੇ ਨਹੀਂ ਵੀ ਡੋਨੇਸ਼ਨ ਆਏ ਸਾਡਾ 1.5 ਲੱਖ ਪੌਂਡ ਸਾਈਡ 'ਤੇ ਖੜ੍ਹਾ। ਹੁਣ ਤੁਸੀਂ ਔਨਲਾਈਨ ਪੇਜ 'ਤੇ ਜਿਹੜਾ ਅਸੀਂ ਲਿੰਕ ਆ ਪੋਸਟ 'ਤੇ ਪਾਇਆ ਆ, ਤੁਸੀਂ 1 ਲੱਖ ਪੌਂਡ ਤੋਂ ਉੱਪਰ ਡੋਨੇਟ ਕਰਤਾ ਸੰਗਤ ਨੇ, ਇਹਦਾ ਮਤਲਬ ਆ ਭਾਈ ਸਾਡਾ ਹੁਣ 2.5 ਲੱਖ ਪੌਂਡ ਇਸ ਵੇਲੇ ਸਾਡਾ ਫੰਡ ਜਿਹੜਾ ਬਿਲਕੁਲ ਪੰਜਾਬ ਯੂਜ਼ ਹੋਊਗਾ, ਸਪੈਸ਼ਲੀ ਹੁਣ ਹੜ੍ਹ ਦੇ ਮਗਰੋਂ ਪਾਣੀ ਚੱਲ ਗਿਆ, ਕਾਂਬਾ ਹੋਣਾ ਸ਼ਾਇਦ ਸਾਨੂੰ 200 ਕਰੋੜ ਰੁਪਈਆ ਚਾਹੀਦਾ, 200 ਕਰੋੜ ਪੌਂਡ ਚਾਹੀਦਾ, ਸਾਨੂੰ ਪਤਾ ਵੀ 2.5 ਲੱਖ ਪੌਂਡ ਘੱਟ ਤੋਂ ਘੱਟ ਇਸ ਵੇਲੇ ਪੰਜਾਬ ਲਈ ਤਿਆਰ ਹੈ। ਜਿੰਨੇ ਤੁਸੀਂ ਪੈਸੇ ਦਿਓਗੇ ਔਨਲਾਈਨ ਉਨੇ ਹੀ ਅਸੀਂ ਗਾਰੰਟੀ ਕਰਦੇ ਹਾਂ ਕੱਲੀ ਕੱਲੀ ਪੈਣੀ ਸਪੈਂਡ ਹੋਊਗੀ, ਪਰ ਸਾਡੇ ਪਲੈਨਿੰਗ ਸਟੇਜ ਹੁੰਦਾ ਆ, ਇਹ 1, 2, 3, 4, 5 ਡਿਫਰੈਂਟ ਫੇਜ਼ ਹੁੰਦੇ ਆ, ਅਤੇ ਅਸੀਂ ਹੁਣ ਪਹਿਲੇ ਫੇਜ਼ ਤੋਂ ਹੁਣ ਦੂਜੇ ਫੇਜ਼ 'ਤੇ ਮੂਵ ਹੋਣ ਲੱਗੇ ਹਾਂ। ਇਹਦਾ ਨਹੀਂ ਪਰ ਜਿੱਦਾਂ ਹੁਣ ਸਾਡਾ ਰੈਕੋਰਡ ਇਹ ਵੀ ਆ, ਦੇਖੋ ਅਸੀਂ ਬੰਗਲਾਦੇਸ਼ ਹੱਦ ਤੱਕ ਬਹਿ ਗਏ ਹਾਂ, ਕੇਰਲਾ ਹੱਦ ਤੱਕ ਬਹਿ ਗਏ ਹਾਂ, ਹੇਟੀ ਹੱਦ ਤੱਕ ਬਹਿ ਗਏ ਹਾਂ, ਅਡੀਸ਼ਾ ਵੀ ਚੱਲ ਜਾਂਦਾ ਪ੍ਰੋਗਰਾਮ। ਇਹ ਨਹੀਂ ਭਾਈ ਦੋ ਹਫ਼ਤੇ ਜਦੋਂ ਮੀਡੀਆ ਚੱਲਦਾ ਅਤੇ ਮਗਰੋਂ ਚੁੱਪ ਕਰਕੇ ਜਿਹੜੇ ਪੈਸੇ ਇਕੱਠੇ ਕੀਤੇ ਆ ਅਸੀਂ ਵਾਪਸ ਚੱਲੀਏ ਗੱਲ ਨਹੀਂ ਕੀਤੀ, ਅਸੀਂ ਹੋਰ ਸੰਸਥਾ ਵਰਗੇ ਕੰਮ ਨਹੀਂ ਕਰਦੇ, ਅਸੀਂ ਕੰਮ ਉੱਥੇ ਕਰੀ ਜਾਂਦੇ ਜਦ ਤੱਕ ਜਿਹੜੀ ਮਾਇਆ ਆਈ ਜਾਂਦੀ ਆ। ਹੁਣ ਖਾਲਸਾ ਏਡ ਦਾ 2.5 ਲੱਖ ਪੌਂਡ ਘੱਟ ਤੋਂ ਘੱਟ ਇੰਗਲੈਂਡ ਦੇ ਵਿੱਚ, ਇਕੱਲਾ ਇੰਗਲੈਂਡ ਦੇ ਵਿੱਚ ਤਿਆਰ ਆ, ਉੱਧਰੋਂ ਕੈਨੇਡਾ ਤੋਂ ਵੀ ਤੁਸੀਂ ਡੋਨੇਟ ਕਰ ਰਹੇ ਹਾਂ। ਸਾਡੀ ਈਮੇਲ ਹੈਗੀ ਆ, ਸਾਡੀ ਡੋਨੇਟ ਪੇਜ 'ਤੇ ਖਾਲਸਾ ਏਡ 'ਤੇ ਜਾ ਸਕਦੇ ਹਾਂ, khalsaed.org ਡੋਨੇਟ ਪ੍ਰੈਸ ਕਰੋ ਅਤੇ ਸਾਰੀ ਇਨਫੋਰਮੇਸ਼ਨ ਹੈਗੀ ਆ, ਕੈਨੇਡਾ ਦੀ ਹੈਗੀ ਆ, ਅਮਰੀਕਾ ਦੀ ਹੈਗੀ ਆ। ਜਿੰਨਾ ਪੈਸਾ ਹੜ੍ਹ ਦਾ ਇਕੱਠਾ ਹੋਊਗਾ ਅਸੀਂ ਓਨਾ ਹੀ ਇਕੱਠਾ ਕਰਾਂਗੇ, ਇਕੱਠਾ ਕਰਕੇ ਖਰਚਾਂਗੇ ਮੋਹਰੇ ਜਾ ਕੇ, ਪਰ ਪਲੈਨ ਦੇ ਨਾਲ ਅਸੀਂ ਇੱਕ ਸਪੈਸ਼ਲ ਟੀਮ ਤਿਆਰ ਕਰਨੀ ਆ ਜਿਹੜੀ ਟੀਮ ਪੰਜਾਬ ਦੇ ਵਿੱਚ ਹੋਊਗੀ,
ਜਿਹੜੀ ਓਵਰਸੀ ਹੋਊਗੀ ਅਮਰਪ੍ਰੀਤ ਸੁਣੀ ਅਤੇ ਅਸੀਂ ਓਵਰਸੀ ਕਰਾਂਗੇ ਇੱਥੋਂ, ਅਤੇ ਉਹ ਸਪੈਸ਼ਲ ਟੀਮ ਬਸ ਹਾੜਾਂ 'ਤੇ ਲਾਉਣੀ ਆ, ਦੋ ਤਿੰਨ ਨੌਜਵਾਨ ਕੁੜੀਆਂ ਮੁੰਡੇ ਰੱਖ ਕੇ ਫੁੱਲ ਟਾਈਮ ਉਹਨਾਂ ਦਾ ਕੰਮ ਇਹੀ ਹੋਣਾ ਵੀ ਹੜ੍ਹ ਦੇ ਵਿੱਚ ਹੀ ਸਹਾਇਤਾ ਕਰਨੀ। Okay, anyway, so there's a lot going on, but like I said, we guarantee, hun sada guarantee ho gaya, ghat ghat hun kai wari tusi appeals dekhde radio station te jaan television te kise sansta diyan kai radio station jaan tv station mon paise ikatthe kar rahe sanu pehla dekh 2 saal pehla 5-6 saal pehla sanu approach kita gaya siga, assi kya nahi kyunki tanu vich fir ਫੀ ਦੇਣੀ ਪੈਂਦੀ ਹੈ, ਕੋਈ ਕੱਟ ਦੇਣਾ ਪੈਂਦਾ ਆ ਰੇਡੀਓ ਸਟੇਸ਼ਨ ਜਾਂ ਟੀ ਵੀ ਨੇ ਤਾਂ ਉਹ ਨਹੀਂ ਕਰਦੇ, ਕੱਟ ਤੋਂ ਬਗੈਰ ਨਹੀਂ ਕਰਦੇ। ਸੋ ਅਸੀਂ ਕਿਸੇ ਨੂੰ ਕੱਟ ਨਹੀਂ ਦਿੰਦੇ, ਵਿੱਚੋਂ ਜੋ ਸੰਗਤ ਦਿੰਦੀ ਅਸੀਂ ਮੂਹਰੇ ਕਰਦੇ, ਤਾਂ ਹੀ ਸਾਨੂੰ ਰੇਡੀਓ ਤੋਂ ਸਾਨੂੰ ਕਈ ਟੈਲੀਵਿਜ਼ਨ ਸਟੇਸ਼ਨ ਤੋਂ ਬੰਦ ਕੀਤਾ ਗਿਆ ਆ, ਕਿਉਂਕਿ ਅਸੀਂ ਜਿਹੜਾ ਭਾਈ ਉਹਨਾਂ ਨੂੰ ਕੱਟ ਦੇਣਾ ਰਿਫਿਊਜ਼ ਕੀਤਾ ਹੈ। ਸੋ ਸਾਡੀਆਂ ਅਪੀਲਾਂ ਸੋਸ਼ਲ ਮੀਡੀਆ 'ਤੇ ਆ, ਸਾਡੀਆਂ ਅਪੀਲਾਂ ਤੁਹਾਡੇ ਨਾਲ ਆ, ਤੁਸੀਂ ਸ਼ੇਅਰ ਕਰੋ ਸਾਡੇ ਪੋਸਟ, ਤੁਸੀਂ ਸ਼ੇਅਰ ਕਰੋ ਸਾਡੇ ਫੰਡ ਰੇਜ਼ਿੰਗ, ਕਿਉਂਕਿ ਤੁਹਾਨੂੰ ਪਤਾ ਸਾਡੇ ਰੈਕੋਰਡ ਦਾ ਅਤੇ ਸਾਡੇ ਐਕਸਪੀਰੀਅੰਸ ਦਾ। ਅਤੇ ਉੱਧਰੋਂ ਜਿਹੜੇ ਭਾਈ ਕਈ ਵਾਰੀ ਸਾਨੂੰ ਕਹਿੰਦੇ ਆ ਭਾਈ ਮੈਨੂੰ ਮੈਸੇਜ ਆਉਂਦੇ ਆ ਵੀ ਐਸ ਜੀ ਪੀ ਸੀ ਦੇ ਪ੍ਰਧਾਨ ਬਣਨਾ ਚਾਹੀਦਾ, ਰਵੀ ਸਿੰਘ ਨੂੰ ਐਸ ਜੀ ਪੀ ਸੀ ਰਨ ਕਰਨੀ। ਅਸੀਂ ਕਿਸੇ ਚੀਜ਼ ਦਾ ਪ੍ਰਧਾਨ ਨਹੀਂ ਬਣਨਾ ਚਾਹੁੰਦੇ, ਅਸੀਂ ਕੋਈ ਚੀਜ਼ ਦਾ ਕੋਈ ਕੁਰਸੀ ਪਿੱਛੇ ਕਦੀ ਦੌੜੇ, 20 ਸਾਲ ਹੋ ਗਏ ਸਾਨੂੰ ਕੋਈ ਕੁਰਸੀ ਦਾ ਲਾਲਚ ਨਹੀਂ। ਪਰ ਸਾਡੀ ਪ੍ਰੋਬਲਮ ਇਹ ਆ ਜਿਹੜੇ ਸਾਡੇ ਜੈਲਸ ਆ, ਕਈ ਜਥੇਬੰਦੀਆਂ ਕਈ ਬੰਦੇ ਜੈਲਸ ਪੰਥਕ ਤੌਰ 'ਤੇ ਹੈਗੇ ਪਰ ਜੈਲਸੀ ਸਾਨੂੰ ਮਾਰ ਰਹੇ, ਉਹ ਵੀ ਜਾਣ ਕੇ ਇਸ ਵੇਲੇ ਉਹ ਸਾਡੇ ਖਿਲਾਫ਼ ਪਾ ਰਹੇ, ਝੂਠ ਬੋਲ ਰਹੇ ਆ, ਉਹ ਸਾਨੂੰ ਪਤਾ ਹੀ ਪਹਿਲਾਂ ਕਰਨਾ ਇਹਨਾਂ ਨੇ। ਇਹ ਤਾਂ ਜੇ ਨਹੀਂ ਕੀਤਾ ਜਾਂਦਾ ਫਿਰ ਸਾਨੂੰ ਪਤਾ ਕਿ ਬਿਮਾਰੀ ਲੱਗ ਗਈ ਇਹਨਾਂ ਨੂੰ, ਪਰ ਮੈਨੂੰ ਪਤਾ ਨਹੀਂ ਕਰਨਾ। ਪਰ ਐਸ ਜੀ ਪੀ ਸੀ ਦੇ ਅਸੀਂ ਪ੍ਰਧਾਨ ਨਹੀਂ ਬਣਨਾ, ਕੁਛ ਨਹੀਂ ਕਰਦਾ, ਪਰ ਮੇਰਾ ਇੱਕ ਮੈਸੇਜ ਹੈਗਾ ਐਸ ਜੀ ਪੀ ਨੂੰ, ਐਸ ਜੀ ਪੀ ਸੀ ਨੂੰ, ਇਹ ਤੁਸੀਂ ਸ਼ੇਅਰ ਕਰ ਸਕਦੇ ਆ, ਅਸੀਂ ਚਿੱਠੀ ਵੀ ਲਿਖਾਂਗੇ ਵੀ ਜਿਹੜੇ ਸਾਡੀ ਟੀਮ ਆ ਇੰਡੀਆ ਦੇ ਵਿੱਚ ਅਮਰਪ੍ਰੀਤ ਸਿੰਘ ਆ ਅਤੇ ਇੱਧਰੋਂ ਅਸੀਂ ਇੰਗਲੈਂਡ ਦੇ ਵਿੱਚੋਂ ਹਾਂ, ਅਤੇ ਜੇ ਐਸ ਜੀ ਪੀ ਸੀ ਇੱਕ ਸਪੈਸ਼ਲ ਯੂਨਿਟ ਸੈੱਟ ਕਰਨਾ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਕੋਈ ਵੀ ਹਾਦਸਾ ਆ ਜਾਵੇ, ਕਿਉਂਕਿ ਜਿਹੜੀ ਐਸ ਜੀ ਪੀ ਸੀ ਆ ਸਾਰੇ ਪੰਜਾਬ ਦੇ ਗੁਰਦੁਆਰੇ ਕੰਟਰੋਲ ਕਰਦੀ ਅਤੇ ਕਈ ਵਾਰ ਇੰਡੀਆ 'ਚ ਵੀ, ਪਰ ਪੰਜਾਬ ਦੇ ਲਈ ਇੱਕ ਸਪੈਸ਼ਲ ਰਿਸਪੋਂਸ ਟੀਮ ਸੈਟਅਪ ਕੀਤੀ ਜਾਵੇ, ਉਹਦੇ ਵਿੱਚ ਖਾਲਸਾ ਏਡ ਐਸ ਜੀ ਪੀ ਸੀ ਨੂੰ ਐਡਵਾਈਸ ਦਊਗੇ, ਮੂਹਰੇ ਅੱਗੇ ਡੱਟ ਕੇ ਪਲੈਨਿੰਗ ਕੀਤੀ ਜਾਊਗੀ, ਅਸੀਂ ਵੀ ਮਦਦ ਕਰਾਂਗੇ, ਕਿਉਂਕਿ ਜੋ ਐਸ ਜੀ ਪੀ ਸੀ ਦੀ ਫੰਡਿੰਗ ਆ ਅਸੀਂ ਮੈਚ ਨਹੀਂ ਕਰ ਸਕਦੇ, ਪਰ ਜੋ ਸਾਡਾ ਐਕਸਪੀਰੀਅੰਸ ਆ ਉਹ ਐਸ ਜੀ ਪੀ ਸੀ ਮੈਚ ਕਰ ਸਕਦੀ, ਜੇ ਦੋਨੇ ਇਕੱਠੇ ਹੋ ਜਾਣ ਤਾਂ ਪੰਜਾਬ ਨੂੰ ਬਹੁਤ ਫਾਇਦਾ ਹੋਊਗਾ। ਅਤੇ ਅਸੀਂ ਕਈ ਵਾਰੀ ਕਹਿੰਦੇ ਭਾਈ ਨਹੀਂ ਇੱਦਾਂ ਬੋਰਡ ਬਣਾਓ ਵੀ ਹੋਰ ਜਥੇਬੰਦੀਆਂ ਵਿੱਚ ਪਾ, ਜਿੰਨੀ ਜਥੇਬੰਦੀਆਂ ਵਿੱਚ ਪਾਉਣੀਆਂ ਤੁਸੀਂ ਉਨੇ ਪੰਗੇ ਪੈਂਦੇ, ਅਸੀਂ ਐਸ ਜੀ ਪੀ ਸੀ ਨਾਲ ਜਿਹੜੇ ਮਰਜ਼ੀ ਪੰਜਾਬ ਦੀ ਸਰਕਾਰ ਹੋਵੇ, ਜਿਹੜੀ ਮਰਜ਼ੀ ਪਰਿਵਾਰ ਪੰਜਾਬ ਦੀ ਬੋਡੀ ਹੋਵੇ, ਅਸੀਂ ਸਾਰਿਆਂ ਦਾ ਕੰਮ ਕਰਨ ਨੂੰ ਤਿਆਰ ਹਾਂ, ਕਿਉਂਕਿ ਪੰਜਾਬ ਨੂੰ ਫਾਇਦਾ ਹੋਣਾ ਚਾਹੀਦਾ। ਜੇ ਪੰਜਾਬ ਨੂੰ ਫਾਇਦਾ ਹੁੰਦਾ ਅਸੀਂ ਸਾਰਿਆਂ ਦਾ ਖੜ੍ਹੇ ਹਾਂ, ਪਰ ਜੇ ਐਸ ਜੀ ਪੀ ਸੀ ਕਹਿ ਸਕਦੀ ਅੱਜ ਵੀ ਸਾਨੂੰ ਲੋੜ ਆ ਇੱਕ ਪੈਨਲ ਸੈਟਅਪ ਕਰਨ ਦੀ, ਉਹਦੇ ਵਿੱਚ ਕੋਈ ਪੋਲੀਟਿਕਸ ਨਹੀਂ ਹੋਊਗੀ, ਉਹ 'ਚ ਫੰਡ ਹੋਊਗਾ, ਡਾਇਰੈਕਸ਼ਨ ਜਿਹੜੀ ਹੋਊਗੀ, ਡਾਇਰੈਕਸ਼ਨ ਪੰਜਾਬ ਜਿਹੜੀ ਹੋਊਗੀ ਉਹ ਪ੍ਰੋਜੈਕਟ ਦੀ ਡਾਇਰੈਕਸ਼ਨ, ਇੰਪਲੀਮੈਂਟੇਸ਼ਨ ਦੀ ਕਿੱਦਾਂ ਇੰਪਲੀਮੈਂਟ ਕਰਨਾ ਪ੍ਰੋਜੈਕਟ, ਉਹ ਡਿਸੀਜਨ ਸਾਡੀ ਹੋਊਗੀ, ਕਿਉਂਕਿ ਇਹ ਨਹੀਂ ਚਾਹੁੰਦੇ ਅਸੀਂ ਭਾਈ ਵਿੱਚ ਲੱਤਾਂ ਵਾਲੀਆਂ ਜਾਣ, ਕਮੇਟੀਆਂ ਮੀਡੀਆ 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 ਕਰਕੇ ਬਸ ਮੀਟਿੰਗ ਕਰੀ ਜਾਓ, ਮੀਟਿੰਗ ਕਰੀ ਜਾਓ, ਚਾਹ ਪਾਣੀ ਪੀ ਜਾਓ, ਕੁਛ ਕਰਨਾ ਨਹੀਂ, ਕੁਛ ਇਹ ਅਸੀਂ ਕਰਨਾ ਨਹੀਂਗਾ, ਅਸੀਂ ਤਿਆਰ ਹਾਂ। ਅਸੀਂ ਇਹ ਨਹੀਂ ਕਹਿੰਦੇ ਭਾਈ ਅਸੀਂ ਐਸ ਜੀ ਵੀ ਦੇਖੋ ਕਿ ਨਹੀਂ, ਸਾਡੇ ਕੋਲ ਟਾਈਮ ਹੈ ਨਹੀਂਗਾ, ਨਾ ਹੀ ਸਾਡੇ ਕੋਲ ਕੋਈ ਐਂਬੀਸ਼ਨ ਆ, ਨਾ ਸਾਨੂੰ ਕੋਈ ਸ਼ੌਂਕ ਚਾਹ ਆ ਕੋਈ ਗਰੁੱਪ ਨੂੰ ਓਵਰਟੇਕ ਕਰਨ ਦਾ। ਇੱਕ ਹੋਰ ਵੀ ਗੱਲ ਆ, ਨਿੱਕੇ ਨਿੱਕੇ ਗਰੁੱਪ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਵਧੀਆ ਕੰਮ ਕਰ ਰਹੇ ਆ,
ਨਿੱਕੇ ਨਿੱਕੇ ਤੌਰ ਤੇ ਆਪਣੇ ਜਿੱਦਾਂ ਇੱਕ ਸਾਡੇ ਇੱਥੇ ਮਨਦੀਪ ਕੌਰ ਹੋਣੀ ਸਿੱਧੂ ਆ, ਉਹਨਾਂ ਦਾ ਸਮਾਇਲਸ ਐਨ ਜੀ ਓ ਆ, ਹੋਰ ਨਿੱਕੇ ਨਿੱਕੇ ਗਰੁੱਪ ਆ ਉੱਥੇ ਬਹੁਤ ਸੇਵਾ ਕਰ ਰਹੇ ਆ, ਅਤੇ ਜੇ ਉਹ ਖਾਲਸਾ ਨਾਲ ਜੁੜਨਾ ਚਾਹੁੰਦੇ ਕੋਈ ਪ੍ਰੋਜੈਕਟ ਅਸੀਂ ਨਾਲ ਜੁੜਾਂਗੇ, ਅਸੀਂ ਇਨਕਰੇਜ ਕਰਦੇ ਹਾਂ। ਇਹ ਨਹੀਂ ਕਹਿੰਦੇ ਭਾਈ ਕੋਈ ਲੀਡਰ ਬਣ ਜਾਂਦਾ ਸੰਸਥਾ ਦਾ ਭਾਈ ਉਹ ਮੈਂ ਕੁਰਸੀ ਮੈਂ ਹੀ ਫੜਨੀ ਆ, ਅਸੀਂ ਕੁਰਸੀ ਨਹੀਂ ਲੈਣੀ, ਅਸੀਂ ਲੀਡਰ ਬਣਾਉਣਾ ਚਾਹੁੰਦੇ, ਹੋਰ ਲੀਡਰ ਬਣਾਓ, ਇਨਸਾਨੀਅਤ ਤੌਰ 'ਤੇ ਪੰਜਾਬ ਨੂੰ ਫਾਇਦਾ ਹੋਵੇ, ਪਰ ਅਸੀਂ ਤੁਹਾਡੇ ਤੋਂ ਬਗੈਰ ਨਹੀਂ ਹਿੱਲ ਸਕਦੇ। ਸੋ ਸਾਨੂੰ ਇਹਦੇ ਵਿੱਚ ਬਹੁਤ ਖੁਸ਼ੀ ਆ ਭਾਈ, ਪੰਜਾਬ ਸਾਡੇ ਨਾਲ ਜੁੜਿਆ ਆ, ਸੰਗਤ ਸਾਡੇ ਨਾਲ ਜੁੜੀ ਆ, ਸੰਗਤ ਬਹੁਤ ਸਿਆਣੀ ਆ, ਸੰਗਤ ਨੂੰ ਪਤਾ ਜਿਹੜੀਆਂ ਗੇਮਾਂ ਖੇਡ ਰਹੇ ਆ ਇਸ ਵੇਲੇ ਸਾਡੇ ਖਿਲਾਫ, ਸਾਨੂੰ ਤੁਹਾਨੂੰ ਕਹਿਣ ਦੀ ਕੋਈ ਲੋੜ ਨਹੀਂ ਗੀ, ਪਰ ਅਸੀਂ ਐਸ ਜੀ ਪੀ ਸੀ ਦੇ ਨਾਲ ਜਾਂ ਕਿਸੇ ਦੇ ਗਰੁੱਪ ਦੇ ਨਾਲ ਮਦਦ ਕਰਨ ਨੂੰ ਖੜ੍ਹੇ ਹਾਂ, ਐਡਵਾਈਸ ਦੇਣ ਨੂੰ ਖੜ੍ਹੇ ਹਾਂ, ਨਾਲ ਮੋਢਾ ਜੋੜਾਂਗੇ ਪੰਜਾਬ ਲਈ, ਪੰਜਾਬ ਦੇ ਫਾਇਦਾ ਲਈ, ਪੰਜਾਬ ਦੀ ਚੜ੍ਹਦੀ ਕਲਾ ਲਈ, ਪੰਜਾਬੀਆਂ ਲਈ, ਪੰਜਾਬੀ ਮੁਸਲਮਾਨ ਹਿੰਦੂ ਸਿੱਖ ਈਸਾਈ ਜਿਹੜਾ ਮਰਜ਼ੀ ਪੰਜਾਬੀ ਹੋਵੇ, ਅਸੀਂ ਪੰਜਾਬੀਆਂ ਦੇ ਨਾਲ ਪੰਜਾਬ ਦੇ ਖੜ੍ਹੇ ਨਾਲ ਮਦਦ ਕਰਨ ਲਈ ਐਸ ਜੀ ਪੀ ਸੀ ਨਾਲ ਜਾਂ ਹੋਰ ਜਥੇਬੰਦੀਆਂ ਨਾਲ ਖੜ੍ਹੇ ਹੋਣ ਨੂੰ ਤਿਆਰ ਹਾਂ। ਜੇ ਤੁਸੀਂ ਅੱਜ ਕੱਲ੍ਹ ਦਾ ਸਮਾਂ ਦੇਖੋ ਕਿਹੜੀ ਸਦੀ 'ਚ ਰਹਿ ਰਹੇ ਹਾਂ, ਕਿੰਨੀ ਟੈਕਨੋਲੋਜੀ ਆ, ਪਰ ਅਸੀਂ ਜੇ ਉੱਥੇ ਅੜ ਗਏ ਅਸੀਂ ਕਿਸੇ ਨਾਲ ਕੰਮ ਨਹੀਂ ਕਰਨਾ। ਜਿਹੜੀਆਂ ਵੱਡੀਆਂ ਸੰਸਥਾ ਜਿੱਦਾਂ ਗੱਲ ਕੀਤੀ ਐਸ ਜੀ ਪੀ ਸੀ ਦੀ, ਫੰਡਿੰਗ ਹੈਗੀ, ਸਾਡੇ ਕੋਲ ਐਕਸਪੀਰੀਅੰਸ ਹੈਗਾ, ਇੱਕ ਮੁੱਠ ਹੋ ਜਾਈਏ, ਅਸੀਂ ਪੰਜਾਬ ਦਾ ਸਾਰਾ ਕੁਛ ਕਰ ਸਕਦੇ। ਸਾਨੂੰ ਬਜਟ ਦੇਣਾ ਚਾਹੀਦਾ ਆ, ਬਜਟ ਅਸੀਂ ਵਿੱਚ ਪਾਵਾਂਗੇ, ਥੋੜ੍ਹੇ ਪੈਸੇ ਮਾਰੋ ਉਹ ਵੀ ਪਾਉਣ, ਨਿੱਕੇ ਨਿੱਕੇ ਹੈਲਥ ਦੇ ਵੈਲਫੇਅਰ ਦੇ ਡਿਫਰੈਂਟ ਲੈਵਲ 'ਤੇ ਪੰਜਾਬ ਦਾ ਅਸੀਂ ਪੰਜਾਬ ਦੀ ਸਫਾਈ ਕਰ ਸਕਦੇ ਸਾਰੇ ਪਾਸੇ, ਉਹ ਵੀ ਅਸੀਂ ਲਿਖਾਂਗੇ। ਪਰ ਤੁਸੀਂ ਸ਼ੇਅਰ ਕਰੋ, ਜੇ ਸਾਡੀ ਗੱਲ ਵੀ ਨਹੀਂ ਪਹੁੰਚਦੀ ਉੱਥੇ ਤੱਕ ਉਹ ਨਹੀਂ ਮਿਲਣਾ ਚਾਹੁੰਦੇ, ਚਲੋ ਠੀਕ ਆ, ਆਪਣੇ ਤੌਰ 'ਤੇ ਕਰੀ ਜਾਣ, ਪਰ ਖਾਲਸਾ ਐਡ ਜੋ ਅੱਜ ਕਰ ਰਹੀ ਆ, ਜੋ ਅਸੀਂ ਖੜ੍ਹੇ ਆਪਣੇ ਪੈਰਾਂ 'ਤੇ, ਉਹ ਸਾਡੇ ਸੇਵਾਦਾਰ ਜਿਹੜੇ ਆ ਚੜ੍ਹਦੀ ਕਲਾ ਸਾਰੀ ਦੁਨੀਆ ਵਿੱਚ, ਪੰਜਾਬ ਦੇ ਵਿੱਚ, ਸਾਰੀ ਦੁਨੀਆ ਵਿੱਚ, ਅਤੇ ਤੁਸੀਂ ਸਾਡੀ ਜਿਹੜੀ ਮਦਦ ਕੀਤੀ ਆ, ਅਸੀਂ ਤੁਹਾਡੇ ਧੰਨਵਾਦੀ ਹਾਂ। ਜੇ ਸਾਡੇ ਭੈਣ ਭਰਾਵਾਂ ਕੋਈ ਇੰਡੀਆ ਤੋਂ ਸੁਣਿਆ ਬੋਟ ਹੈਗੇ ਆ, ਨਿੱਕੇ ਨਿੱਕੇ ਬੋਟ, ਸਾਡੀ ਇੰਡੀਆ ਟੀਮ ਆ, ਸਾਨੂੰ ਤੁਸੀਂ ਈਮੇਲ ਕਰੋ office.india@khalsaaid.org office.india@khalsaaid.org ਤੁਸੀਂ ਸਾਨੂੰ ਮੈਸੇਜ ਕਰੋ। ਤੁਸੀਂ ਗੂਗਲ 'ਤੇ ਪਾ ਸਕਦੇ ਹਾਂ ਖਾਲਸਾ ਏਡ ਇੰਡੀਆ ਆਫਿਸ, ਉਹ 'ਤੇ ਤੁਹਾਡੀ ਸਾਰੀ ਡਿਟੇਲ ਆਉਂਦੀ ਫੋਨ ਨੰਬਰ ਦੀ। ਸੋ ਅਸੀਂ ਜਿਹੜੀ ਖਾਲਸਾ ਦੀ ਇੰਡੀਆ ਟੀਮ ਹੈ ਹੋਰ ਮੌਜੂਦ ਕਰਨੀ ਆ, ਅਮਰਪ੍ਰੀਤ ਸੋਨੀ ਉੱਥੇ ਇਸ ਵੇਲੇ ਡਟ ਕੇ ਲੱਗੇ ਹੋ ਫੀਲਡ ਦੇ ਵਿੱਚ, ਅਤੇ ਜਿਹੜੇ ਸੇਵਾਦਾਰ ਮੇਰੀ ਸੇਵਾ ਕਰ ਰਹੇ ਅਸੀਂ ਧੰਨਵਾਦੀ, ਕਿਉਂਕਿ ਤੁਸੀਂ ਰੀਡ ਦੀ ਹੱਡੀ ਆ ਸਾਡੀ, ਸਾਡੀ ਰੀਡ ਦੀ ਹੱਡੀ, ਸਾਡੇ ਸੇਵਾਦਾਰ ਆ ਅਤੇ ਸਾਡੇ ਸਪੋਰਟਰ ਆ। ਸੋ ਚੜ੍ਹਦੀ ਕਲਾ ਰਵੋ, ਜਿੱਥੇ ਵੀ ਤੁਹਾਡੇ ਪਿੰਡ ਲਾਗੇ ਛਾਗੇ ਹੈਗੇ ਕੁਛ ਕਰ ਸਕਦੇ ਕਰੋ, ਤਾਂ ਤੁਹਾਡੀ ਸਾਰੇ ਦੀ ਲੋੜ ਆ। ਪਰ ਇਹਦੇ ਵਿੱਚ ਇੱਕ ਖਿਆਲ ਰੱਖਣਾ, ਜੇ ਕੋਈ ਕਿਸੇ ਬਾਰੇ ਮਾੜਾ ਬੋਲਦਾ ਬਸ ਉਹ ਦੂਜੇ ਪਾਸੇ ਮੂੰਹ ਮੋੜ ਲਓ, ਇਹ ਟਾਈਮ ਹੈਗਾ ਪੰਜਾਬ ਲਈ ਅਤੇ ਹੜ੍ਹ ਦੇ ਵਿੱਚ ਮਦਦ ਕਰਨ ਦਾ, ਇੱਕ ਦੂਜੇ ਲੜਨ ਦਾ ਨਹੀਂ, ਇੱਕ ਦੂਜੇ ਦੇ ਵਿੱਚ ਫੇਸਬੁੱਕ 'ਤੇ ਸੋਸ਼ਲ ਮੀਡੀਆ ਝਗੜੇ ਕਰਨ ਦਾ ਨਹੀਂ। ਹੁਣ ਅਸੀਂ ਜਾ ਰਹੇ ਹਾਂ ਅਸੀਂ ਇੱਧਰ ਹੁਣ ਅਤੇ ਸੋਸ਼ਲ ਮੀਡੀਆ 'ਤੇ ਜਿਹੜਾ ਅਪਡੇਟ ਕਰਨਾ ਸੀਗਾ, ਪਰ ਹੁਣ ਅਸੀਂ ਪੰਜਾਬ ਦੀ ਟੀਮ ਜਿਹੜੀ ਆ ਉਹ ਵੀ ਸਾਡਾ ਜੁਆਇਨ ਕਰੂਗੀ ਮੇਰਾ ਖਿਆਲ ਖਾਲਸਾ ਐਂਡ ਪੇਜ 'ਤੇ ਲੇਟਰ ਔਨ ਲਾਈਵ ਕੰਮ ਦੀ। ਸੋ ਸਾਡੇ ਵੱਲੋਂ ਤੁਹਾਡਾ ਬਹੁਤ ਧੰਨਵਾਦ, ਅਤੇ ਤੁਸੀਂ ਪਲੀਜ਼ ਸਾਡੇ ਬਹੁਤ ਸਾਰੇ ਸ਼ੇਅਰ ਕਰੋ, ਸਾਡੇ ਵਿੱਚ ਕੋਈ ਲਕੋਵਾ ਨਹੀਂ। ਜੇ ਕੋਈ ਇਨਫੋਰਮੇਸ਼ਨ ਸਾਡੇ ਬਾਰੇ ਚਾਹੁੰਦਾ, ਸਾਡੇ ਪ੍ਰੋਜੈਕਟ ਬਾਰੇ, ਸਾਡੇ ਫੰਡਿੰਗ ਬਾਰੇ, ਕੋਈ ਵੀ ਚੀਜ਼ ਦੀ ਇਨਫੋਰਮੇਸ਼ਨ, ਸਾਨੂੰ ਈਮੇਲ ਭੇਜੋ info@khalsaaid.org। ਜੇ ਸਾਨੂੰ ਤੁਸੀਂ ਸੋਸ਼ਲ ਮੀਡੀਆ 'ਤੇ ਪੁੱਛਦੇ ਹਾਂ, ਅਸੀਂ ਲੰਬੀ ਚੌੜੀ ਨਾਲ ਗੱਲ ਨਹੀਂ ਕਰ ਸਕਦੇ, ਕਿਉਂਕਿ ਜੇ ਸਾਨੂੰ ਈਮੇਲ ਭੇਜੋ info@khalsaaid.org
ਤੁਹਾਡੀ ਕੋਈ ਚੀਜ਼ ਦਾ ਤੁਹਾਡੀ ਕੋਈ ਸ਼ੱਕ ਆ, ਤੁਹਾਡੀ ਗੱਲ ਕਰਨੀ ਆ, info@pavsite.org ਅਸੀਂ ਤੁਹਾਡੇ ਜਵਾਬ ਦੇਵਾਂਗੇ। ਅਤੇ ਅਸੀਂ ਸੰਗਤ ਦੇ ਨਾਲ ਜੁੜੇ ਹੋ ਹਾਂ, ਸੰਗਤ ਸਾਡੇ ਨਾਲ ਜੁੜੀ ਹੋ ਆ, ਅਸੀਂ ਇਕੱਠੇ ਹੋ ਕੇ ਸਾਡੀ ਦੁਨੀਆ ਦਾ ਕਹਿੰਦੇ ਚੜ੍ਹ ਭਲਾ ਮੰਗਦੇ। ਇਸ ਵੇਲੇ ਪੰਜਾਬ ਨੂੰ ਸਾਡੀ ਲੋੜ ਆ, ਅਸੀਂ ਪੰਜਾਬ 'ਚ ਲੜਦੇ ਹੋਏ ਲੱਗੇ ਹੋ। ਸਾਡਾ ਬਹੁਤ ਧੰਨਵਾਦ ਪੰਜਾਬ ਦੀ ਖਾਲਸਾ ਟੀਮ ਨੂੰ, ਖਾਲਸਾ ਕੌਮ 'ਤੇ ਜਿਹੜੇ ਬਹੁਤ ਵੱਡੇ ਸੇਵਾਦਾਰ, ਬਹੁਤ ਵੱਡੇ ਦਿਲਾਂ ਵਾਲੇ ਸੇਵਾਦਾਰ, 24 ਘੰਟੇ ਵੋਟਾਂ ਵਿੱਚ ਜਿੱਦਾਂ ਵੀ ਪਹੁੰਚ ਸਕਦੇ ਲੱਗੇ ਹੋ ਆ। ਅਤੇ ਬਿਲਕੁਲ ਹੀ ਉਹਨਾਂ ਨੇ ਜਿੱਦਾਂ ਪੰਜਾਬੀ 'ਚ ਕਹਿੰਦੇ ਨੇ ਫੱਟੇ ਚੱਕੇ ਹੋ ਆ। ਅਤੇ ਸਾਨੂੰ ਬੜਾ ਮਾਣ ਆ ਸਾਰੇ ਸੇਵਾਦਾਰ 'ਤੇ, ਪਰ ਸਾਨੂੰ ਬਹੁਤ ਮਾਣ ਆ ਪੰਜਾਬ ਦੀ ਨੌਜਵਾਨੀ ਪੀੜ੍ਹੀ 'ਤੇ, ਕਿਉਂਕਿ ਤੁਸੀਂ ਸਾਰਿਆਂ ਨੂੰ ਦਿਖਾ ਦਿੱਤਾ ਵੀ ਪੰਜਾਬ ਦੀ ਪੀੜ੍ਹੀ ਚੜ੍ਹਦੀ ਕਲਾ ਜ਼ਮੀਰ ਵਾਲੀ ਆ, ਅਤੇ ਪੰਜਾਬ ਦੇ ਰੱਖਿਆ ਲਈ ਅਤੇ ਇਨਸਾਨੀਅਤ ਲਈ ਬਿਲਕੁਲ ਤਿਆਰ ਆ। ਤੁਹਾਡਾ ਬਹੁਤ ਧੰਨਵਾਦ।